جو بولے سو نروے ستگر روی داس مہاراج کی جائے ستگر روی داس مہاراج دی شری امرت مانی دندگی ہوتا لاند مانی گروہ پیاری ستکار جوگ سنگن جی سبنا نو جائے گل دیو جی تانو گل دیو جی آج جدو اس دربار دے بیچ آپا شامل ہوں دیا شری گروہ روی داس پیلفر سوسائٹی ਆਬਾਦੀ ਜੱਲੋਵਾਲ ਦੀ ਸਮੂਹ ਪ੍ਰਬੰਧਕ ਕਮੇਟੀ ਚੇਅਰਮੈਨ ਸਾਹਿਬ ਪ੍ਰਧਾਨ ਸਾਹਿਬ ਸੈਕਟਰੀ ਦਰਜਾ ਬਦਰਜਾ ਸਾਰੇ ਹੀ ਸਤਿਕਾਰਯੋਗ ਸਾਥੀ ਸਾਡੀਆਂ ਭੈਣਾਂ ਬੱਚੇ ਜੋ ਕਿ ਆਉਣ ਵਾਲਾ ਭਵਿੱਖ ਹੈਗਾ ਸੋ ਜਦੋਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਬੈਠ ਕੇ ਆਪਾਂ ਰੁਕਦਾਸੀਆ ਧਰਮ ਨੂੰ ਵਾਚ ਕਰਦੇ ਹੈਗੇ ਹਾਂ ਰੁਕਦਾਸੀਆ ਧਰਮ ਨੂੰ ਦੇਖਦੇ ਹੈਗੇ ਹਾਂ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਜੋ ਸਤਿਗੁਰ ਰਵਿਦਾਸ ਮਹਾਰਾਜ ਦੇ ਕੀਰਤਨ ਦਰਬਾਰ ਹੁੰਦੇ ਹੈਗੇ ਆ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈਗੀ ਆ ਅਤੇ ਮੈਂ ਸਮਝਦਾ ਹੈਗਾ ਕਿ ਇਸ ਗੁਰੂ ਘਰ ਦੇ ਤੋਂ ਬਹੁਤ ਵਧੀਆ ਸੰਦੇਸ਼ ਜਾਂਦਾ ਹੈਗਾ ਅਕਸਰ ਪੀੜਾਂ ਗੱਲਬਾਤ ਹੁੰਦੀ ਰਹਿੰਦੀ ਹੈਗੀ ਆ ਕਿਉਂਕਿ ਮੇਰੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੈਗੀ ਆ ਕਿ ਸਾਡੇ ਬੱਚੇ ਜਿਹੜੇ ਪੜ੍ਹ ਲਿਖ ਕੇ ਅੱਗੇ ਵਧਣ ਕਿਉਂਕਿ ਅਸੀਂ ਤਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵਧੇ ਹੋਏ ਹੈਗੇ ਹਾਂ ਸਾਰਾ ਕੁਛ ਮਾਲਕ ਦੀ ਦਇਆ ਨਾਲ ਸਭ ਕੁਛ ਠੀਕ ਠਾਕ ਹੈ ਲੇਕਿਨ ਪੇ ਬੈਕ ਸੋਸਾਇਟੀ ਜਦੋਂ ਇਸ ਦਰਬਾਰ ਦੇ ਵਿੱਚ ਆਉਂਦੇ ਹੈਗੇ ਹਾਂ ਸਤਿਗੁਰ ਰਵਿਦਾਸ ਮਹਾਰਾਜ ਦੀ ਤਸਵੀਰ ਨਜ਼ਰ ਆਉਂਦੀ ਹੈਗੀ ਆ ਜਿਨ੍ਹਾਂ ਨੇ ਕਿ ਸਾਨੂੰ ਧਾਰਮਿਕ ਤੌਰ ਦੇ ਉੱਤੇ ਆਜ਼ਾਦੀ ਲੈ ਕੇ ਦਿੱਤੀ ਅਤੇ ਜਦੋਂ ਆਪਾਂ ਇੱਧਰਲੇ ਪਾਸੇ ਦੇਖਦੇ ਹੈਗੇ ਹਾਂ ਤਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਨਜ਼ਰ ਆਉਂਦੀ ਹੈਗੀ ਆ ਅਤੇ ਉਹਨਾਂ ਨੇ ਸਾਨੂੰ ਸੰਵਿਧਾਨਿਕ ਤੌਰ ਦੇ ਉੱਤੇ ਹੱਕ ਲੈ ਕੇ ਦਿੱਤੇ ਹੱਕਾਂ ਲਈ ਪ੍ਰੇਰਿਆ ਸੋ ਹਮੇਸ਼ਾ ਇਹ ਕੋਸ਼ਿਸ਼ ਇਹ ਹੁੰਦੀ ਹੈਗੀ ਆ ਕਿ ਸਾਡੇ ਸਮਾਜ ਸਾਡੇ ਬੱਚੇ ਪੜ੍ਹ ਲਿਖ ਕੇ ਵੱਡੀਆਂ ਵੱਡੀਆਂ ਜੋਬਾਂ ਦੇ ਉੱਤੇ ਜਾਣ ਕਿਉਂਕਿ ਅਪਰਾਧੇ ਕੱਟਦੇ ਰਹਿੰਦੇ ਹੈਗੇ ਆ ਜਿੱਦਾਂ ਵੀਰ ਜੀ ਹੁਣੀ ਦੱਸਿਆ ਹੈਗਾ ਕਿ ਸਤਿਗੁਰਾਂ ਦੀ ਸ਼੍ਰੀ ਅੰਮ੍ਰਿਤ ਬਾਣੀ ਦੇ ਜਾਪ ਜਿਹੜੇ ਹੈਗੇ ਆ ਕਿ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਵੀ ਜਿਹੜਾ ਹੈਗਾ ਕਿ ਉਹਨਾਂ ਦੇ ਪ੍ਰਕਾਸ਼ ਕੀਤੇ ਜਾਂਦੇ ਹੈਗੇ ਆ ਅਤੇ ਮੇਰੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈਗੀ ਆ ਕਿ ਜਿੱਥੇ ਸਾਡੇ ਸਮਾਜ ਦੇ ਬੱਚਿਆਂ ਨੂੰ ਕੋਈ ਦੁੱਖ ਤਕਲੀਫ ਆਉਂਦੀ ਹੈਗੀ ਆ ਕਿ ਉਹਨਾਂ ਨੂੰ ਆਰਥਿਕ ਪੱਖੋਂ ਕੁਛ ਸਾਡੇ ਪਰਿਵਾਰ ਕਮਜ਼ੋਰ ਹੁੰਦੇ ਹੈਗੇ ਆ ਕਿ ਉਹਨਾਂ ਦੇ ਬੱਚਿਆਂ ਦਾ ਜਿਹੜਾ ਪੜ੍ਹਾਈ ਦਾ ਵੀ ਇੰਤਜ਼ਾਮ ਕੀਤਾ ਜਾਵੇ ਮੈਂ ਹਮੇਸ਼ਾ ਹੀ ਇਹ ਕਹਿੰਦਾ ਹੈਗਾ ਜਦੋਂ ਵੀ ਮੈਂ ਚਾਰ ਸ਼ਬਦ ਬੋਲਦਾ ਹਾਂ ਮੈਂ ਅੱਜ ਇੱਥੇ ਗੁਰੂ ਘਰ ਤੋਂ ਵੀ ਇਹ ਕਹਾਂਗਾ ਕੋਈ ਵੀ ਬੱਚਾ ਜਿਹੜਾ ਹੈਗਾ ਕਿ ਪੜ੍ਹਾਈ ਤੋਂ ਵਾਂਝਾ ਨਾ ਰਹੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਸਾਡੇ ਵੀਰ ਅਮਰਜੀਤ ਜੀ ਅਤੇ ਮੀਡੀਆ ਸਾਡੇ ਵੀਰ ਯੋਗਰਾਜ ਭਾਅ ਜੀ ਕਿਉਂਕਿ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈਗਾ ਰਵਿਦਾਸੀਆ ਧਰਮ ਨੂੰ ਅੱਗੇ ਵਿਧਾਨਸਭਾ 'ਚ ਰਵਿਦਾਸੀਆ ਧਰਮ ਦੇ ਵਾਧੇ ਕਰਨ ਨੂੰ ਅੱਗੇ ਲਿਜਾਣ ਦੇ ਵਿੱਚ ਹਮੇਸ਼ਾ ਹੀ ਕੋਸ਼ਿਸ਼ ਇਹ ਰਹਿੰਦੀ ਹੈਗੀ ਆ ਕਿ ਬੱਚੇ ਪੜ੍ਹ ਲਿਖ ਕੇ ਜਿਹੜਾ ਹੈਗਾ ਕਿ ਅੱਗੇ ਨੂੰ ਵਧਣ ਜੇ ਕੋਈ ਪਰਿਵਾਰ ਜੇ ਕੋਈ ਬੱਚਾ ਫੀਸ ਪੱਖੋਂ ਜਾਂ ਹੋਰ ਆਰਥਿਕ ਕੋਈ ਵੀ ਲੋੜਵੰਦ ਪਰਿਵਾਰ ਹੁੰਦਾ ਜ਼ਰੂਰ ਜਿਹੜਾ ਹੈਗਾ ਕਿ ਵੀਰ ਅਮਰਜੀਤ ਨੂੰ ਦੱਸਿਆ ਜਾਵੇ ਅਤੇ ਆਪਾਂ ਉਹਦਾ ਜਿਹੜਾ ਹੈਗਾ ਕਿ ਜ਼ਰੂਰ ਜਿਹੜਾ ਹੈਗਾ ਕਿ ਹੱਥ ਬੰਨ ਕੇ ਸੇਵਾ ਕਰਾਂਗੇ ਇੱਥੇ ਹੀ ਨਹੀਂ ਜੋ ਜੋ ਵੀ ਇਸ ਵੀਡੀਓ ਦੇਖਦੇ ਹੈਗੇ ਆ ਜ਼ਰੂਰ ਇਸ ਗੌਰ ਵੱਲ ਧਿਆਨ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਜੇ ਬੱਚੇ ਪੜ੍ਹਦੇ ਹੈਗੇ ਆ ਤਾਂ ਸਾਡਾ ਸਮਾਜ ਅੱਗੇ ਪੜ੍ਹਦਾ ਹੈਗਾ ਕਿਉਂਕਿ ਬਹੁਤ ਪਿੱਛੇ ਸੀ ਲੇਕਿਨ ਸਤਿਗੁਰ ਰਵਿਦਾਸ ਮਹਾਰਾਜ ਦੀ ਕ੍ਰਾਂਤੀਕਾਰੀ ਜਿਹੜੀ ਹੈਗੀ ਆ ਕਿ ਉਹਨਾਂ ਦਾ ਜੋ ਉਸ ਵਕਤ ਜਿਹੜਾ ਹੈਗਾ ਕਿ ਛੂਆਛਾਤ ਬੜੇ ਜ਼ੋਰਾਂ 'ਤੇ ਸੀ ਉਸ ਵਕਤ ਉਹਨਾਂ ਨੇ ਇਕੱਲਿਆਂ ਲੜਾਈ ਲੜੀ ਅੱਜ ਤੱਕ ਅਸੀਂ ਸਾਰੇ ਇਕੱਠੇ ਹੈਗੇ ਹਾਂ ਸੋ ਸਾਨੂੰ ਜਿਹੜਾ ਹੈਗਾ ਕਿ ਅੱਗੇ ਵਧਣ ਲਈ ਜਿਹੜਾ ਹੈਗਾ ਕਿ ਇੱਕ ਦੂਸਰੇ ਦਾ ਸਾਥ ਸਹਿਯੋਗ ਦੇਣਾ ਚਾਹੀਦਾ ਹੈਗਾ ਕਿਉਂਕਿ ਜਦੋਂ ਅਸੀਂ ਦੇਖਦੇ ਹੈਗੇ ਹਾਂ ਕਿ ਵਿਦੇਸ਼ਾਂ ਦੀ ਧਰਤੀ ਦੇ ਉੱਤੋਂ ਰਵਿਦਾਸੀਆ ਧਰਮ ਵੱਲ ਦੇਖਦੇ ਹੈਗੇ ਹਾਂ ਅਤੇ ਇੱਕ ਜਿਹੜੇ ਹੈਗੇ ਆ ਕਿ ਮਹਾਨ ਸ਼ਖਸੀਅਤ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਯਾਦ ਆਉਂਦੀ ਹੈਗੀ ਆ ਕਿਉਂਕਿ ਜਦੋਂ ਉਹਨਾਂ ਦੀ ਸ਼ਹੀਦੀ ਆਉਂਦੀ ਹੈਗੀ ਆ ਤਾਂ ਰਵਿਦਾਸੀਆ ਧਰਮ ਦੇ ਵਿੱਚ ਇੱਕ ਬਹੁਤ ਵੱਡਾ ਪਾਲ ਉੱਠਦਾ ਹੈਗਾ ਰਵਿਦਾਸੀਆ ਧਰਮ ਜਿਹੜੀ ਹੈਗੀ ਆ ਕਿ ਸ਼ਰਧਾ ਉੱਤੇ ਆਉਂਦੀ ਹੈਗੀ ਆ ਆਪ ਜੀ ਨੇ ਦੇਖਿਆ ਹੋਵੇਗਾ ਕਿ ਪੁਰਾਣੇ ਜ਼ਮਾਨੇ ਤੋਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਅਤੇ ਸਾਡੇ ਸਮਾਜ ਦੇ ਵਿੱਚ ਕੋਈ ਵੀ ਜਿਹੜਾ ਹੈਗਾ ਇੱਕਾ ਦੁੱਕਾ ਜੀ ਗੀਤ ਆਉਂਦੇ ਸਨ ਲੇਕਿਨ ਅੱਜ ਜਦੋਂ ਆਪਾਂ 647ਵਾਂ ਗੁਰਪੁਰਬ ਮਨਾ ਰਹੇ ਹੈਗੇ ਹਾਂ ਸਾਡੇ ਲੇਖਕ ਲਿਖਾਰੀ
ਅਤੇ ਜੋ ਸਾਡਾ ਸਮਾਜ ਦੇ ਜਿਹੜੇ ਹੈਗੇ ਸਾਡੇ ਹੀ ਸਮਾਜ ਦੇ ਨਹੀਂ ਹੋਰ ਵੀ ਸਮਾਜ ਦੇ ਜਿਹੜੇ ਹੈਗੇ ਆ ਕਿ ਜਿਹੜੇ ਹੈਗੇ ਗਾਉਣ ਵਾਲੇ ਹੈਗੇ ਆ ਉਹਨਾਂ ਦੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਦੇ ਵਿੱਚ ਜਿਹੜਾ ਹੈਗਾ ਕਿ ਸ਼ਬਦ ਜਿਹੜੇ ਹੈਗੇ ਰਿਕਾਰਡ ਕਰਾਏ ਹੈਗੇ ਆ ਸਾਡਾ ਕੋਈ ਚੈਨਲ ਨਹੀਂ ਹੁੰਦਾ ਸੀ ਮੀਡੀਆ ਨਹੀਂ ਹੁੰਦਾ ਸੀ ਮੈਂ ਹਮੇਸ਼ਾ ਹੀ ਇਹ ਗੱਲ ਕਰਦਾ ਹੈਗਾ ਕਿ ਜਿਸ ਕੌਮ ਦਾ ਮੀਡੀਆ ਨਹੀਂ ਹੁੰਦਾ ਹੈਗਾ ਉਹ ਅੱਗੇ ਨਹੀਂ ਵੱਧਦੇ ਠੀਕ ਆ ਕਿ ਸਾਡੇ ਵੀਰ ਜਿਹੜੇ ਹੈਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਧੀਆ ਵਰਕ ਕਰਦੇ ਹੈਗੇ ਆ ਯੂਟਿਊਬ ਦੇ ਉੱਤੇ ਫੇਸਬੁੱਕ ਦੇ ਉੱਤੇ ਜੋ ਜੋ ਵੀ ਜਾਣੀ ਕਿ ਸਾਧਨ ਹੈਗਾ ਉਸ ਦੇ ਰਾਹੀਂ ਰਵਿਦਾਸੀਆ ਧਰਮ ਨੂੰ ਅੱਗੇ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਹੈਗੇ ਆ ਉੱਥੇ ਹੀ ਧੰਨਵਾਦ ਕਰਾਂਗਾ ਸ਼੍ਰੀ ਗੁਰੂ ਰਵਿਦਾਸ ਸਵਾਮਾਂ ਟੈਗਰ ਫੋਰਸਾਂ ਅਤੇ ਸਾਡੇ ਜਿਹੜੇ ਹੈਗੇ ਆ ਕਿ ਭਗਵਾਨ ਵਾਲਮੀਕ ਸਵਾਮਾਂ ਅੰਬੇਡਕਰ ਸਵਾਮਾਂ ਅਤੇ ਹੋਰ ਜੋ ਜਥੇਬੰਦੀਆਂ ਹੈਗੀਆਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਕਿਉਂਕਿ ਜਦੋਂ ਵਿਦੇਸ਼ਾਂ ਦੇ ਵਿੱਚ ਅਸੀਂ ਦੇਖਦੇ ਹੈਗੇ ਹਾਂ ਕਿ ਕੋਈ ਵੀ ਕ੍ਰਾਂਤੀ ਆਉਂਦੀ ਹੈਗੀ ਆ ਕੋਈ ਵੀ ਕੌਮ ਦੇ ਉੱਤੇ ਭੀੜ ਪੈਂਦੀ ਹੈਗੀ ਤਾਂ ਤੁਸੀਂ ਜਿਹੜਾ ਅੱਗੇ ਵੱਧ ਕੇ ਸਾਥ ਸਹਿਯੋਗ ਕਰਦੇ ਹੈਗੇ ਆ ਸੋ ਸਤਿਕਾਰਯੋਗ ਸਾਥੀਓ ਜਦੋਂ ਇਸ ਗੁਰੂ ਘਰ ਦੇ ਵਿੱਚ ਸ਼ਾਮਿਲ ਹੁੰਦੇ ਹੈਗੇ ਗੁਰੂ ਘਰ ਦੇ ਅੰਦਰ ਐਂਟਰੀ ਲੈਂਦੇ ਹੈਗੇ ਤਾਂ ਬਹੁਤ ਵਧੀਆ ਲੱਗਦਾ ਹੈਗਾ ਕਿਉਂਕਿ ਗੁਰੂ ਘਰ ਦੀ ਇਮਾਰਤ ਬਹੁਤ ਵਧੀਆ ਜਿਹੜੀ ਹੈਗੀ ਆ ਕਿ ਬਣਾਈ ਹੋਈ ਹੈਗੀ ਆ ਤੁਸੀਂ ਸੇਵਾ ਜਿਹੜੀ ਹੈਗੀ ਆ ਕਿ ਜਿਹੜੀਆਂ ਸਤਿਕਾਰਯੋਗ ਸੰਗਤਾਂ ਕਰਦੀਆਂ ਹੈਗੀਆਂ ਸੋ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਕਰਦੇ ਹੈਗੇ ਕਿ ਉਹਨਾਂ ਨੂੰ ਜਿਹੜਾ ਹੈਗਾ ਕਿ ਮਹਾਰਾਜ ਜੀ ਆਪਣੇ ਜਿਹੜਾ ਤੰਦਰੁਸਤੀਆਂ ਬਖਸ਼ਣ ਕਿਉਂਕਿ ਸੇਵਾ ਤੋਂ ਬਿਨਾਂ ਕੁਛ ਵੀ ਨਹੀਂ ਹੈਗਾ ਸੇਵਾ ਕਰਦੇ ਹੈਗੇ ਆ ਅਤੇ ਸਾਰਾ ਕੁਛ ਪ੍ਰਬੰਧਕ ਕਮੇਟੀਆਂ ਵੀ ਪ੍ਰੋਗਰਾਮ ਲੀਕਦੀਆਂ ਹੈਗੀਆਂ ਅਤੇ ਇਸ ਕਰਕੇ ਮੇਰਾ ਮੰਨਣਾ ਇਹ ਹੈਗਾ ਕਿ ਸਾਨੂੰ ਪ੍ਰਬੰਧਕ ਕਮੇਟੀਆਂ ਦਾ ਵੀ ਸਾਥ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ ਸੋ ਸਤਿਕਾਰਯੋਗ ਸਾਥੀਓ ਗੱਲਾਂ ਕਰਨ ਨੂੰ ਬਹੁਤ ਦਿਲ ਕਰਦਾ ਹੈਗਾ ਟਾਈਮ ਕਾਫੀ ਹੋ ਗਿਆ ਹੈਗਾ ਸੋ ਇੱਕ ਵਾਰੀ ਫਿਰ ਜੀ ਪ੍ਰਬੰਧਕ ਕਮੇਟੀ ਸਾਡੇ ਵੀਰ ਅਮਰਜੀਤ ਜੀ ਰਵਿਦਾਸੀਆ ਭਾਅ ਜੀ ਉਹਨਾਂ ਦਾ ਪਰਿਵਾਰ ਅਤੇ ਸਾਡੀਆਂ ਭੈਣਾਂ ਜਿਹੜੀਆਂ ਹੈਗੀਆਂ ਕਿ ਜਦੋਂ ਉੱਥੇ ਵਿਦੇਸ਼ਾਂ ਦੇ ਧਰਤੀ ਉੱਤੇ ਮੈਂ ਹੀ ਨਹੀਂ ਸਾਡੇ ਹੋਰ ਵੀ ਸਤਿਕਾਰਯੋਗ ਵੀਰ ਜਿਹੜੇ ਹੈਗੇ ਆ ਕਿ ਭੈਣਾਂ ਨੂੰ ਕੀਰਤਨ ਕਰਦੇ ਦੇਖਦੇ ਹੈਗੇ ਹਾਂ ਜਦੋਂ ਅਸੀਂ ਅੱਜ ਗੁਰੂ ਘਰ ਦੇ ਵਿੱਚ ਵੀ ਆਏ ਤਾਂ ਭੈਣਾਂ ਸਾਡੀਆਂ ਕੀਰਤਨ ਕਰਦੀਆਂ ਸੀ ਬਹੁਤ ਵਧੀਆ ਲੱਗਦਾ ਹੈਗਾ ਮੈਂ ਹਮੇਸ਼ਾ ਹੀ ਕਹਿੰਦਾ ਹੈਗਾ ਕਿ ਜੇ ਇੱਕ ਧੀ ਫੜ ਜਾਵੇਗੀ ਤਾਂ ਉਹ ਦੋ ਪਰਿਵਾਰਾਂ ਨੂੰ ਜਿਹੜਾ ਹੈਗਾ ਕਿ ਸਵਾਦ ਦਿੰਦੀ ਹੈਗੀ ਆ ਪੇਕਾ ਅਤੇ ਨੌਂ ਜਿਹੜਾ ਹੈਗਾ ਕਿ ਆਪਣਾ ਸਹੁਰਾ ਪਰਿਵਾਰ ਸੋ ਹਮੇਸ਼ਾ ਹੀ ਉਹਨਾਂ ਭੈਣਾਂ ਲਈ ਵੀ ਤੰਦਰੁਸਤੀਆਂ ਮੰਗਦੇ ਹੈਗੇ ਆ ਵੀਰਾਂ ਲਈ ਵੀ ਸੋ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਆ ਜਿੱਥੇ ਜਿੱਥੇ ਵੀ ਤੁਸੀਂ ਗੁਰੂਆਂ ਦੇ ਪਿਆਰੇ ਵਸਦੇ ਹੋ ਮਹਾਰਾਜ ਜੀ ਸਾਡੇ ਅਤੇ ਸਾਡੇ ਪਰਿਵਾਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਸੋ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਮਾਣ ਸਨਮਾਨ ਬਖਸ਼ਿਆ ਹੈਗਾ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਜੋ ਬੋਲੇ ਸੋ ਦਰਵੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਜੀ